ਕਬੀਰ ਸਾਹਿਬ ਕਹਿੰਦੇ ਆ ਕਿ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਮਾਂ ਦਾ ਸੁਭਾਅ ਹੈ, ਜਿੰਨਾ ਕੁ ਹਿਰਦਾ ਵੱਡਾ ਮਾਂ ਦਾ ਹੁੰਦਾ, ਜਨਨੀ ਦਾ, ਜਨਮ ਦੇਣ ਵਾਲੀ ਦਾ, ਬਸ ਇਉਂ ਸਮਝੋ ਕਿ ਉਸ ਪਾਰਬ੍ਰਹਮ ਪਰਮੇਸ਼ਵਰ ਦਾ ਵੀ ਹਿਰਦਾ ਉਹ ਜਾਏ। ਮਾਂ ਦਾ ਹਿਰਦਾ ਰੱਬ ਵਰਗਾ, ਰੱਬ ਦਾ ਹਿਰਦਾ ਮਾਂ ਵਰਗਾ। ਤਾਂਹੀਓ ਬਾਬਾ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ। ਜੰਮਣ ਵਾਲੀ ਜਨਨੀ ਹੈ, ਜਿਵੇਂ ਮਾਂ ਮਾਫ਼ ਕਰ ਦਿੰਦੀ ਹੈ ਆਪਣੀ ਔਲਾਦ ਨੂੰ, ਜਿੰਨੀਆਂ ਵੀ ਗਲਤੀਆਂ ਪਰਦਾ ਢੱਕ ਕੇ ਦੁਨੀਆਂ ਨੂੰ ਦੱਸਦੀ ਨਹੀਂ ਹੈ ਕਿ ਮੇਰੀ ਔਲਾਦ 'ਚ ਇਹ ਵੀ ਹੈ, ਉਹ ਭਲਾਈ ਕਰਦੀ ਹੈ, ਭਲਾ ਹੀ ਦੱਸਦੀ ਹੈ ਚਾਰ ਬੰਦਿਆਂ ਦੇ, ਦੁਨੀਆਂ ਦੇ ਸਾਹਮਣੇ। ਅਤੇ ਕਬੀਰ ਸਾਹਿਬ ਕਹਿੰਦੇ ਪਾਰਬ੍ਰਹਮ ਪਰਮੇਸ਼ਵਰ ਦਾ ਵੀ ਸੁਭਾਅ ਇਹੀ ਹੈ। ਜੇ ਪੁੱਤਰ ਮਾਂ ਨੂੰ ਮਾਰਨ ਵਾਸਤੇ ਵੀ ਤੁਰੇ ਨਾ, ਮਾਂ ਫਿਰ ਵੀ ਉਹਨੂੰ ਮਾਫ਼ ਕਰ ਦੇ। ਆਹ ਹੈ ਜੀ ਅੱਜ ਦੇ ਸ਼ਬਦ ਦੀ ਪਹਿਲੀ ਆਰੰਭਤਾ। ਆਸਾ, ਸੁੱਤ, ਸੁੱਤ ਸੁੱਤਾ ਹੋਇਆ ਨਹੀਂ, ਸੋਣਾ ਨਹੀਂ, ਸੁੱਤ ਦਾ ਮਤਲਬ ਪੁੱਤਰ। ਪੁੱਤਰ ਜਿੰਨੇ ਮਰਜ਼ੀ ਅਪਰਾਧ ਕਰੇ, ਸੁੱਤ ਅਪਰਾਧ ਕਰਤ ਹੈ ਜੇ ਤੇ ਕੋਈ ਅੰਤ ਨਹੀਂ। ਜਨਨੀ, ਜਨਮ ਦੇਣ ਵਾਲੀ ਜਨਨੀ, ਚੀਤ ਨਾ ਰਾਖਸ ਤੇ ਇੱਕ ਵੀ ਨਹੀਂ ਰੱਖਦੇ। ਕਿਉਂ ਨਹੀਂ ਰੱਖਦੇ? ਸੁਣੋ ਜੀ, ਕਿਉਂਕਿ ਰੱਬ ਦਾ ਅਤੇ ਮਾਂ ਦਾ ਸੁਭਾਅ ਅੱਗੇ ਕਬੀਰ ਸਾਹਿਬ ਬਿਆਨ ਕਰਦੇ ਨੇ ਜੀ। ਜਪੋ ਜੀ, ਕਾਹੇ ਨਾ ਖੰਡਸ ਅਗਰ ਮੇਰਾ ਰਹਾਉ। ਮੈਂ ਤੇ ਸੁਣਿਆ ਕਿ ਮਾਤਾ ਪਿਤਾ ਤੋਂ ਵੀ ਉੱਚਾ ਸੁਭਾਅ ਹੈ ਪਾਰਬ੍ਰਹਮ ਪਰਮੇਸ਼ਵਰ ਦਾ। ਕਬੀਰ ਸਾਹਿਬ ਕਹਿੰਦੇ ਫਿਰ ਕਿਉਂ ਨਹੀਂ ਸਾਡੇ ਅਪਰਾਧ ਮਾਫ਼ ਕਰੋਗੇ ਤੁਸੀਂ ਵਾਹਿਗੁਰੂ ਜੀ? ਰਾਮਈਆ, ਹੇ ਪ੍ਰਭੂ ਰਾਮਈਆ, ਹਾਂ ਮੈਂ ਤੇਰਾ ਬਾਰਕ ਬਣ ਕੇ ਆਇਆ, ਹਾਂ ਬਾਰਕ ਤੇਰਾ। ਕਾਹੇ, ਕਿਉਂ, ਕਿਵੇਂ? ਕਾਹੇ ਨਾ ਖੰਡਸ, ਕਿਉਂ ਨਹੀਂ ਖੰਡੋਗੇ ਪਾਪ ਨੂੰ ਤੁਸੀਂ? ਕਿਉਂ ਨਹੀਂ ਮਾਫ਼ ਕਰੋਗੇ ਅਵਗੁਣ ਮੇਰਾ? ਮੇਰੇ ਜਿਹੜੇ ਅਵਗੁਣ ਨੇ ਉਹ ਤੁਸੀਂ ਜ਼ਰੂਰ ਬਖਸ਼ੋਗੇ, ਕਿਉਂਕਿ ਮੈਂ ਸੁਣਿਆ ਇੱਕ ਮਾਂ ਦਾ ਸੁਭਾਅ ਅਤੇ ਤੁਹਾਡਾ ਸੁਭਾਅ ਇੱਕੋ ਜਿਹਾ ਹੈ, ਤੁਸੀਂ ਮਾਫ਼ ਕਰੋਗੇ ਜੀ? ਰਹਾਓ ਜਪੋ ਜੀ, ਤਾਂ ਵੀ ਚੀਤ ਨਾ ਰਾਖਸ ਮਾਇਆ। ਕ੍ਰੋਪ, ਕ੍ਰੋਪ ਕੋਪ ਤੋਂ ਬੜਿਆ, ਕੋਪ ਦਾ ਮਤਲਬ ਕ੍ਰੋਧ। ਗੁੱਸੇ ਦੇ ਵਿੱਚ ਜੇ ਅਤ ਕ੍ਰੋਪ ਕਰੇ ਕਰ ਧਾਇਆ, ਉੱਠੇ ਮਾਂ ਨੂੰ ਮਾਰਨ ਵਾਸਤੇ ਔਲਾਦ ਗੁੱਸੇ ਦੇ ਵਿੱਚ, ਤਾਂ ਵੀ ਚੀਤ ਨਾ ਰਾਖਸ ਮਾਇਆ। ਮਾਇਆ ਭਾਵ ਮਾਂ, ਮਾਂ ਫਿਰ ਵੀ ਮਾਫ਼ ਕਰ ਦਿੰਦੀ ਹੈ ਆਪਣੀ ਔਲਾਦ ਨੂੰ। ਜੇ ਕੋਈ ਰੱਬ ਨੂੰ ਮਾੜਾ ਚੰਗਾ ਬੋਲ ਕੇ ਵੀ ਕੋਈ ਇਸ ਧਰਤੀ 'ਤੇ ਆਖੇ, ਤਾਂ ਵੀ ਇਸ ਪ੍ਰਭੂ ਦਾ ਸੁਭਾਅ ਹੈ ਕਿ ਉਹ ਆਪਣੇ ਚਿੱਤ ਦੇ ਵਿੱਚ ਇਹ ਕਬੂਲ ਬੋਲੇ ਹੋਏ ਮਨੁੱਖ ਦੇ ਨਹੀਂ ਰੱਖਦਾ। ਤਾਂ ਵੀ ਸਤਿਗੁਰ ਜੀ ਦਾ ਸੁਭਾਅ ਇਸ ਤਰ੍ਹਾਂ ਹੈ, ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਤਾਂ ਵੀ ਬਖਸ਼ਿਸ਼ ਕਰਦੇ ਨੇ ਜੀ। ਨਾਮ ਬਿਨਾ ਕੈਸੇ ਉਤਰਸ ਬਾਰਾ। ਇਹ ਤੇ ਸੁਭਾਅ ਪਤਾ ਲੱਗ ਗਿਆ ਕਿ ਪ੍ਰਭੂ ਦਾ ਇਹ ਹੈ, ਪਰ ਹੁਣ ਚਿੰਤਾ ਮਨ ਦੇ ਵਿੱਚ ਡਾਢੀ ਇਹ ਹੈ, ਮਨ ਭਰਿਓ ਹਮਾਰਾ। ਮੇਰਾ ਮਨ ਬੜੀ ਚਿੰਤਾ ਦੇ ਵਿੱਚ ਭਰਿਆ ਪਿਆ ਹੋਇਆ। ਕਿਹੜੀ ਇਹ ਦੁਨੀਆ ਦੀ ਚਿੰਤਾ ਨਹੀਂ ਹੈ ਕਿ ਪ੍ਰਭੂ ਦੀ ਬੰਦਗੀ ਨਹੀਂ ਕੀਤੀ, ਹੁਣ ਉਮਰ ਘਟਦੀ ਜਾ ਰਹੀ ਹੈ, ਸਮੇਂ ਦਾ ਪਤਾ ਨਹੀਂ ਕਿ ਅੰਦਰੋਂ ਇਹ ਚਿੜੀ ਕੱਢ ਉੱਠ ਜੇ ਪ੍ਰਾਣਾਂ ਵਾਲੀ। ਨਾਮ ਬਿਨਾਂ ਕੈਸੇ ਉਤਰ ਸਪਾਰਾ, ਕਿ ਮੈਂ ਨਾਮ ਤੋਂ ਬਿਨਾਂ ਕਿਵੇਂ ਪਾਰ ਲੰਘਾਂਗਾ ਜੀ? ਸਹਿਜ ਸਹਿਜ ਗੁਣ ਰਹੇ ਕਬੀਰਾ।
ਜਿਸ ਤਰ੍ਹਾਂ ਮਾਂ ਸਾਰੀ ਮਲ ਸਾਰੀ ਮੈਲ ਸਾਫ ਕਰਦੀ ਹੈ ਔਲਾਦ ਦੀ, ਰੱਬ ਜੀ ਇਸ ਤਰ੍ਹਾਂ ਤੁਸੀਂ ਮੇਰੀ ਮਲੀਨ ਮਤ ਨੂੰ ਸਾਫ ਕਰਕੇ ਬਿਮਲ ਨਿਰਮਲ ਮਤ ਦਿਓ। ਦੇਹ ਬਿਮਲ, ਮਲ ਕਹਿੰਦੇ ਮੈਲ, ਬੱਬਾ ਅਗੇਤਰ ਲੱਗ ਗਿਆ ਕਿ ਮੈਲ ਤੋਂ ਰਹਿਤ। ਦੇਹ ਬਿਮਲ, ਬਿਮਲ ਨਹੀਂ ਪੜ੍ਹਨਾ ਇਹਨੂੰ, ਬਿਮਲ ਮਤ ਸਦਾ ਸਰੀਰਾ, ਇਹ ਸਰੀਰ ਨੂੰ ਮੇਰੀ ਮਤ ਦਿਓ ਕਿ ਮੈਂ ਸਹਿਜ ਸਹਿਜ ਰੂਪ ਦੇ ਵਿੱਚ ਪ੍ਰਭੂ ਜੀ ਤੁਹਾਡੇ ਗੁਣ ਉਚਾਰਾਂ। ਸਹਿਜ ਸਹਿਜ ਗੁਣ ਰਵੈ ਰਵੈ ਭਾਵ ਜਪੇ ਕਬੀਰਾ। ਕਬੀਰ ਸਾਹਿਬ ਕਹਿੰਦੇ ਕਿ ਇਹ ਕਰੀਏ ਜੀ, ਇਹੀ ਕਾਜ਼ੀ ਮੁੱਲੇ ਦੀ ਲੜਾਈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਵੀ ਹੋਈਆਂ। ਜਨਮ ਸਾਖੀਆਂ 'ਚ ਵੀ ਜ਼ਿਕਰ ਹੈ, ਭਾਵੇਂ ਵਲੈਤ ਵਾਲੀ ਜਨਮ ਸਾਖੀ ਲੈ ਲਓ, ਭਾਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਲੈ ਲਓ, ਮਿਹਰਬਾਨ ਵਾਲੀ ਜਨਮ ਸਾਖੀ ਪੜ੍ਹ ਲਓ, ਭਾਈ ਮਨੀ ਸਿੰਘ ਜੀ ਜਨਮ ਸਾਖੀ, ਆਹ ਮੁੱਢਲੀਆਂ 4 ਜਨਮ ਸਾਖੀਆਂ, ਆਹ ਸਾਰੀਆਂ ਸਾਖੀਆਂ ਦਾ ਜ਼ਿਕਰ ਤਾਂ ਮਿਲੇਗਾ। ਕਈਆਂ ਜਨਮ ਸਾਖੀਆਂ 'ਚ ਗੁਰੂ ਨਾਨਕ ਸਾਹਿਬ ਜੀ ਨੂੰ ਸਿਰਫ ਬਾਬਾ ਲਫ਼ਜ਼ ਲਿਖਿਆ ਗਿਆ, ਬਾਬਾ ਨਾਨਕ, ਬਾਬਾ ਨਾਨਕ ਜੀ ਵੀ ਆਇਆ।